ਤਾਰਿਆਂ ਨੇ ਪਿੰਕੀ ਤੇ ਪੰਕਜ ਦਾ ਵਾਰਤਾਲਾਪ ਬੜੇ ਧਿਆਨ ਨਾਲ ਸੁਣਿਆ। ਹੁਣ ਇਸੇ ਵਾਰਤਾਲਾਪ ਤੇ ਆਧਾਰਿਤ ਬੇਟਾ ਕੁਝ ਪ੍ਰਸ਼ਨ ਨੇ ਜਿਹੜੇ ਮੈਂ ਤੁਹਾਨੂੰ ਪੁੱਛਣ ਜਾ ਰਿਹਾ। ਤੁਸੀਂ ਬੱਚਿਆਂ ਨੇ ਪ੍ਰਸ਼ਨ ਧਿਆਨ ਨਾਲ ਸੁਣਨੇ ਹੈ ਤੇ ਉਹਨਾਂ ਦਾ ਜਵਾਬ ਦੇ। ਕਰੀਏ ਸ਼ੁਰੂਆਤ। ਪਹਿਲਾ ਪ੍ਰਸ਼ਨ ਹੈ ਬੇਟੇ, ਪਿੰਕੀ ਅਤੇ ਪੰਕਜ ਕਿਹੜੀ ਜਮਾਤ ਵਿੱਚ ਪੜ੍ਹਦੇ ਹਨ? ਸ਼ਾਬਾਸ਼, ਰੇਜ਼ ਯੋਰ ਹੈਂਡ। ਹਾਂਜੀ ਬੇਟਾ, ਕਿਹੜੀ ਜਮਾਤ ਚ ਪੜ੍ਹਦੇ ਹਨ? ਦਸਵੀਂ ਜਮਾਤ। ਵੈਰੀ ਗੁੱਡ, ਬਹੁਤ ਅੱਛੇ, ਕਲੈਪਿੰਗ ਕਰੋ ਇਹਦੇ। ਸੈਕਿੰਡ ਕੁਐਸਚਨ ਹੈ, ਮੁੰਡੇ ਪਿੰਕੀ ਕੋਲੋਂ ਕਿਉਂ ਡਰਦੇ ਹਨ? ਹਾਂਜੀ ਬੇਟੇ, ਕਿਉਂਕਿ ਉਹ ਮੁੰਡੇ ਸਾਰੇ ਪਿੰਕੀ ਨੂੰ ਟੀਚਰ ਸਮਝਦੇ ਸਨ। ਉਹ ਸਾਰਾ ਦਿਨ ਉਹਨਾਂ ਨੂੰ ਡਾਂਟ ਦਿੰਦੇ ਸੀ, ਘਰ ਦਾ ਕੰਮ ਕਰਨ ਲਈ ਕਹਿੰਦੇ। ਵੈਰੀ ਗੁੱਡ।